ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਤਾਂ ਦੋਸਤੋ ਇਹ ਵੀਡੀਓ ਖਾਸ ਰਹਿਣ ਵਾਲੀ ਆ ਉਹਨਾਂ ਕੈਂਡੀਡੇਟਸ ਦੇ ਲਈ ਜਿਨ੍ਹਾਂ ਨੇ ਮਾਰਚ 2021 ਦੇ ਵਿੱਚ 12ਵੀਂ ਜਮਾਤ ਦੇ ਪੇਪਰ ਦੇਣੇ ਸੀਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਥਰੂ ਚਾਹੇ ਉਹ ਰੈਗੂਲਰ ਸਟੂਡੈਂਟ ਸੀ ਚਾਹੇ ਪ੍ਰਾਈਵੇਟ ਸਟੂਡੈਂਟ ਸੀ ਜਾਂ ਫਿਰ ਓਪਨ ਵਾਲੇ ਸਟੂਡੈਂਟ ਸੀਗੇ ਤਾ ਐਸੇ ਕੈਂਡੀਡੇਟਸ ਦੇ ਲਈ ਇੱਕ ਖਬਰ ਨਿਕਲ ਕੇ ਆਈ ਆ ਜਿਹੜੀ ਕਿ ਬੜੀ ਇੱਕ ਅਹਿਮ ਖਬਰ ਰਹਿਣ ਵਾਲੀ ਆ ਉਹਨਾਂ ਸਟੂਡੈਂਟਸ ਦੇ ਲਈ ਜਿਹੜੇ 12ਵੀਂ ਵਾਲੇ ਸਟੂਡੈਂਟ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਦੇ ਸਬੰਧੀ ਸਾਡੇ ਤੋਂ ਲਗਾਤਾਰ ਸਵਾਲ ਪੁੱਛ ਰਹੇ ਸੀਗੇ ਕਿ ਅਸੀਂ ਅਪਲਾਈ ਕਰ ਸਕਦੇ ਆ ਨਹੀਂ ਕਰ ਸਕਦੇ ਤਾਂ ਪਹਿਲਾਂ ਮੈਂ ਤੁਹਾਨੂੰ ਅਪਡੇਟ ਦੇ ਦਵਾਂ ਫਿਰ ਤੁਹਾਨੂੰ ਅਪਲਾਈ ਕਰਨ ਦਾ ਵੀ ਦੱਸਦਾ ਸਿੱਖਿਆ ਬੋਰਡ ਵੱਲੋਂ 28 ਜਾਂ 29 ਨੂੰ ਐਲਾਨਿਆ ਜਾ ਸਕਦਾ 12ਵੀਂ ਦਾ ਨਤੀਜਾ ਤੇ ਇਹ 20 ਜੁਲਾਈ ਦੀ ਖਬਰ ਹੈ ਜੀ ਐਸਐਸ ਨਗਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਮਾਰਚ 2021 ਰੈਗੂਲਰ ਤੇ ਓਪਨ ਸਕੂਲ ਠੀਕ ਹੈ ਜੀ ਜਿਹੜੇ ਵੀ ਓਪਨ ਵਾਲੇ ਸਟੂਡੈਂਟ ਆ ਉਹਨਾਂ ਦਾ ਵੀ ਨਤੀਜਾ ਆਉਣਾ ਹੈ ਉਹ ਵੀ ਆਪਣਾ ਤਿਆਰ ਰਹਿਣ ਦਾ ਨਤੀਜਾ 28 ਜਾਂ 29 ਜੁਲਾਈ ਨੂੰ ਐਲਾਨਿਆ ਜਾ ਸਕਦਾ ਹੈ ਇਸ ਸਬੰਧੀ ਬੋਰਡ ਦੇ ਚੇਅਰਮੈਨ ਡਾਕਟਰ ਯੋਗਰਾਜ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ 12ਵੀਂ ਸ਼੍ਰੇਣੀ ਦਾ ਨਤੀਜਾ ਐਲਾਨਣ ਲਈ ਆਖਰੀ ਮਿਤੀ 31 ਜੁਲਾਈ ਨਿਰਧਾਰਤ ਕੀਤੀ ਗਈ ਹੈ ਜਿਸ ਨੂੰ ਮੁੱਖ ਰੱਖਦੇ ਆ ਸਿੱਖਿਆ ਬੋਰਡ ਵੱਲੋਂ 31 ਜੁਲਾਈ ਤੋਂ ਪਹਿਲਾਂ-ਪਹਿਲਾਂ ਨਤੀਜਾ ਐਲਾਨਣ ਦੇ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤਾਂ ਐਲਾਨਿਆ ਜਾਣਾ ਬਿਲਕੁਲ ਐਲਾਨਿਆ ਜਾਣਾ 31 ਜੁਲਾਈ ਤੋਂ ਪਹਿਲਾਂ ਤੇ ਹੁਣ ਤੁਸੀਂ ਗੱਲ ਹੈ ਕਿ ਤੁਸੀਂ ਅਪਲਾਈ ਕਰ ਸਕੋਗੇ ਪੰਜਾਬ ਪੁਲਿਸ ਕਨਸਟੇਬਲ ਲਈ ਜਾਂ ਨਹੀਂ ਪਹਿਲੀ ਗੱਲ ਤਾਂ ਤੁਹਾਡੀ ਉਮਰ ਪੂਰੀ ਹੋਣੀ ਚਾਹੀਦੀ ਹੈ ਜਿੰਨੀ ਉਹਦੇ ਵਿੱਚ ਉਮਰ ਮੰਗੀ ਆ 1 1 2021 ਦੇ ਅਨੁਸਾਰ ਦੂਜੀ ਗੱਲ ਜਦੋਂ ਰਿਜ਼ਲਟ ਆ ਜਾਂਦਾ ਤਾਂ ਤੁਸੀਂ ਉਦੋਂ ਤੱਕ ਅਪਲਾਈ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਡੇ ਹੱਥ ਦੇ ਵਿੱਚ ਸਰਟੀਫਿਕੇਟ ਨਹੀਂ ਆਉਂਦਾ ਕਿਉਂਕਿ ਜਦੋਂ ਤੁਸੀਂ ਪੰਜਾਬ ਪੁਲਿਸ ਕਨਸਟੇਬਲ ਦਾ ਫਾਰਮ ਅਪਲਾਈ ਕਰਨਾ ਤਾਂ ਉੱਥੇ ਮਾਰਕ ਸ਼ੀਟ ਉਹ ਮੰਗਦੇ ਆ ਪਲੱਸ 2 ਦੀ ਜਿਹੜੀ ਕਿ ਤੁਹਾਨੂੰ ਅਪਲੋਡ ਕਰਨੀ ਪਏਗੀ ਠੀਕ ਆ ਤੇ ਸਾਨੂੰ ਇਹ ਵੀ ਅੰਦਾਜ਼ਾ ਇਹ ਵੀ ਉਮੀਦ ਆ ਕਿ ਨਤੀਜਾ ਐਲਾਨਣ ਤੋਂ ਬਾਅਦ ਜਿਹੜੇ ਦੇ ਸਰਟੀਫਿਕੇਟ ਨੇ ਉਹ ਜਲਦੀ ਹੀ ਜਿਹੜੇ ਡਿਜੀ ਲੋਕਰ ਤੇ ਅਵੇਲੇਬਲ ਹੋ ਜਾਣਗੇ ਕਿਉਂਕਿ ਲਾਸਟ ਈਅਰ ਜਿਹੜੇ ਸਰਟੀਫਿਕੇਟ ਤੁਸੀਂ ਇਹ ਜੇ ਅਵੇਲੇਬਲ ਹੋਏ ਸੀ ਉਹ ਡਿਜੀ ਲੋਕਰ ਤੇ ਹੋਏ ਸੀਗੇ ਤੇ ਸਾਰੇ ਕੈਂਡੀਡੇਟ ਆਪਣਾ ਡਿਜੀ ਲੋਕਰ ਦੇ ਅਕਾਊਂਟ ਚੋਂ ਜਿਹੜੇ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਸੀ ਤੇ ਉਹਦਾ ਪ੍ਰਿੰਟ ਆਊਟ ਲੈ ਸਕਦੇ ਸੀਗੇ ਤੇ ਇਸ ਵਾਰ ਵੀ ਇਹੀ ਹੋਣ ਦੀ ਉਮੀਦ ਆ 15 ਅਗਸਤ ਜਿਹੜੀ ਦੀ ਲਾਸਟ ਡੇਡ ਰੱਖੀ ਗਈ ਆ ਪੰਜਾਬ ਪੁਲਿਸ ਕਨਸਟੇਬਲ ਫਾਰਮ ਅਪਲਾਈ ਕਰਨ ਦੀ ਤੇ ਉਸ ਤੋਂ ਪਹਿਲਾਂ ਪਹਿਲਾਂ ਸਰਟੀਫਿਕੇਟ ਤੁਹਾਡਾ ਆ ਜਾਂਦਾ ਤੁਹਾਡੇ ਹੱਥ ਦੇ ਵਿੱਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਕਿਉਂਕਿ ਉੱਥੇ ਕੋਈ ਆਪਸ਼ਨ ਨਹੀਂ ਹੈ ਨਹੀਂ ਕਿ ਤੁਸੀਂ ਰਿਜ਼ਲਟ ਬੇਸ ਤੇ ਅਪਲਾਈ ਕਰ ਸਕਦੇ ਹੋ ਤੁਹਾਡੇ ਕੋਲ ਮਾਰਕ ਸ਼ੀਟ ਆ ਜਿਹੜੀ ਉਹ ਹੋਣੀ ਚਾਹੀਦੀ ਆ ਪ੍ਰੋਪਰ 12ਵੀਂ ਦੀ ਠੀਕ ਹੈ ਜੀ ਤੇ ਉਮੀਦ ਆ ਸਾਨੂੰ ਉਦੋਂ ਤੱਕ ਰਿਜ਼ਲਟ ਵਗੈਰਾ ਸਾਰਾ ਇਹ ਅਨਾਉਂਸ ਹੋ ਜਾਏਗਾ ਅਪਲਾਈ ਕਰਨ ਦੀ ਲਾਸਟ ਡੇਟ ਤੋਂ ਪਹਿਲਾਂ-ਪਹਿਲਾਂ ਤੇ 올 ది ਬੈਸਟ ਸਾਡੇ ਵੱਲੋਂ ਸਾਰੇ ਕੈਂਡੀਡੇਟਸ ਨੂੰ ਤੇ ਆਪਣੇ ਰਿਟਨ ਟੈਸਟ ਦੀ ਤਿਆਰੀ ਰੱਖੋ ਤੇ ਫਿਜ਼ੀਕਲ ਦੀ ਵੀ ਨਾਲ ਨਾਲ ਰੱਖੋ 올 ది ਬੈਸਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ